ਸਾਡੇ ਜੱਦੀ ਪੁਸ਼ਤੀ ਆ ਕਿੰਨਵੀਂ ਪੀੜ੍ਹੀ ਆ ਜਿਹੜੀ ਤੁਹਾਡੀ ਅੱਜ ਪੀੜ੍ਹੀ ਆ ਜੀ ਸਾਡੀ ਮਿਲਾ ਦੀ ਹਾਂਜੀ ਸੱਤਵੀਂ ਪੀੜ੍ਹੀ ਤੋਂ ਲਗਾਤਾਰ ਚਲਾ ਰਹੇ ਹੋ ਤਾਂ ਕੁਝ ਫਰਕ ਲੱਗਿਆ ਕਿ ਜਿਹੜਾ ਪਹਿਲਾਂ ਲੋਕ ਬਹੁਤ ਜ਼ਿਆਦਾ ਬੇੜੇ ਦੇ ਜ਼ਰੀਏ ਪਾਰ ਕਰਦੇ ਹੁੰਦੇ ਸਨ ਮਤਲਬ ਬੇ ਝਿਜਕੇ ਹੋ ਕੇ ਇਸ ਸੰਗਤ ਤਿਆਰ ਲੱਗਦੀ ਹੈ ਸਰ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਦਿੰਦੇ ਉਹਨਾਂ ਦਾ ਸੰਗਤਾਂ ਦਾ ਕਿ ਜਿਹੜੀ ਸੰਗਤ ਇੱਥੋਂ ਦੀ ਭੇੜ ਪੱਤਨ ਦਾ ਦਰਿਆ ਪਾਰ ਕਰਦੀ ਆ ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਅਸੀਂ ਵੀ ਸੇਵਾਦਾਰ ਹਾਂ ਗੁਰਦੁਆਰੇ ਸਾਹਿਬ ਦੇ ਇਸ ਟਾਈਮ ਜਿਹੜਾ ਬਿਆਸ ਦਰਿਆ ਦੇ ਭੇੜ ਪੱਤਨ ਦੇ ਉੱਪਰ ਆ ਜਿਹੜਾ ਪਹੁੰਚੇ ਹਾਂ ਤਾਂ ਇੱਥੇ ਜਿਹੜਾ ਜੋੜ ਸੰਗ ਦੇ ਮੇਲੇ ਨੂੰ ਲੈ ਕੇ ਸ਼੍ਰੀ ਚੋਲਾ ਸਾਹਿਬ ਦੇ ਲਈ ਸੰਗਤਾਂ ਜਿਹੜੀਆਂ ਪੈਦਲ ਯਾਤਰਾ ਦੇ ਲਈ ਜਾਂਦੀਆਂ ਤਾਂ ਇੱਥੇ ਟੈਂਪਰੇਰੀ ਪੁਲ ਵੀ ਹੈ ਜਿਹੜਾ ਸੰਗਤਾਂ ਦੇ ਵੱਲੋਂ ਤਿਆਰ ਕੀਤਾ ਗਿਆ ਅਤੇ ਕੇਆਰਟੀ ਦੀ ਟੀਮ ਆ ਜਿਹੜੀ ਇਸ ਬੇੜੇ ਦੇ ਵਿੱਚ ਸਵਾਰ ਆ ਤਾਂ ਬਿਆਸ ਦਰਿਆ ਦੇ ਵਿੱਚ ਜਿਹੜਾ ਘੁੰਮ ਰਹੇ ਆ ਇੱਥੇ ਜਿਹੜੇ ਮਲਾਹ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਜਿਹੜਾ ਇੱਥੇ ਦਰਿਆ ਦੇ ਉੱਪਰ ਆ ਜਿਹੜਾ ਪੁਲ ਟੈਂਪਰੇਰੀ ਬਣਾਇਆ ਜਾਂਦਾ ਵੈਸੇ ਜਿਹੜੇ ਲੋਕ ਆ ਜਿਹੜੇ ਇਸ ਬੇੜੇ ਦੇ ਜ਼ਰੀਏ ਜਿਹੜੇ ਇਸ ਬਿਆਸ ਦਰਿਆ ਨੂੰ ਆ ਜਿਹੜਾ ਪਾਰ ਕਰਦੇ ਨੇ ਤਾਂ ਇੱਥੇ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਕਰਾਂਗੇ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਕਿ ਲੋਕ ਜਿਹੜੇ ਮਾਡਲ ਹੁੰਦੇ ਜਾ ਰਹੇ ਨੇ ਤਾਂ ਲੋਕਾਂ ਦੇ ਵੱਲੋਂ ਜਿਹੜਾ ਹੁਣ ਜਿਹੜੇ ਵੱਖ ਵੱਖ ਤਰ੍ਹਾਂ ਦੇ ਤਾਂ ਸਾਡਾ ਮਲਾਹ ਜਿਹੜੇ ਮੌਜੂਦ ਉਹਨਾਂ ਦੇ ਨਾਲ ਗੱਲਬਾਤ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੇ ਸਮੇਂ ਤੋਂ ਆ ਜਿਹੜਾ ਤੁਹਾਡੇ ਵੱਲੋਂ ਇਹ ਬੇੜਾ ਜਿਹੜਾ ਚਲਾਇਆ ਜਾ ਰਿਹਾ ਸਰ ਸਾਡੇ ਜੱਦੀ ਪੁਸ਼ਤੀ ਆ ਕਿੰਨਵੀਂ ਪੀੜ੍ਹੀ ਆ ਜਿਹੜੀ ਤੁਹਾਡੀ ਅੱਜ ਪੀੜ੍ਹੀ ਆ ਜੀ ਸਾਡੀ ਮਿਲਾ ਦੀ ਹਾਂਜੀ ਸੱਤਵੀਂ ਪੀੜ੍ਹੀ ਤੋਂ ਲਗਾਤਾਰ ਚਲਾ ਰਹੇ ਹੋ ਤਾਂ ਕੁਝ ਫਰਕ ਲੱਗਿਆ ਕਿ ਜਿਹੜਾ ਪਹਿਲਾਂ ਲੋਕ ਬਹੁਤ ਜ਼ਿਆਦਾ ਬੇੜੇ ਦੇ ਜ਼ਰੀਏ ਪਾਰ ਕਰਦੇ ਹੁੰਦੇ ਸਨ ਹੁਣ ਕਿੱਦਾਂ ਲੱਗਦਾ ਗਿਆ ਸਰ ਸੱਤਵਾਂ ਸਾਲ ਹੋ ਗਿਆ ਸਾਡੇ ਪੁਲ ਪਾਉਂਦਿਆਂ ਨੂੰ ਅਸੀਂ ਪਾਉਂਦੇ ਹਾਂ ਸਰ ਬਹੁਤ ਵਧੀਆ ਸਾਡੇ ਸੰਯੋਗ ਨਾਲ ਗੁਰਦੁਆਰਾ ਸਾਹਿਬ ਦੇ ਸੰਯੋਗ ਨਾਲ ਬਹੁਤ ਵਧੀਆ ਸੰਗਤ ਐਂ ਬੇ ਤਿਆਰ ਹੋ ਕੇ ਮਤਲਬ ਬੇ ਝਿਜਕੇ ਹੋ ਕੇ ਸੰਗਤ ਤਿਆਰ ਲੱਗਦੀ ਆ ਤਾਂ ਇਹ ਜਿਹੜਾ ਪੁਲ ਟੈਂਪਰੇਰੀ ਬਣਾਇਆ ਜਾਂਦਾ ਇਹ ਜੋੜ ਸੰਗ ਦੇ ਮੇਲੇ ਨੂੰ ਲੈ ਕੇ ਬਣਾਇਆ ਜਾਂਦਾ ਜਾਂ ਉਸ ਤਰ੍ਹਾਂ ਵੀ ਇਹ ਜਿਹੜਾ ਤਿਆਰ ਕਰਦੇ ਸਰ ਇਹ ਸਰਕਾਰੀ ਆ ਸਰਕਾਰ ਵੱਲੋਂ ਆਇਆ ਜਾਂਦਾ ਆਰਡਰ ਸਾਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਸਰ ਦਿਹਾੜੀਆਂ ਦਿੱਤੀਆਂ ਜਾਂਦੀਆਂ ਨੇ ਅਤੇ ਅਸੀਂ ਪਾਉਂਦੇ ਹਾਂ ਇਹ ਸੰਗ ਦੇ ਮੇਲੇ ਨੂੰ ਲੈ ਕੇ ਜਿਹੜਾ ਤਿਆਰ ਕੀਤਾ ਜਾਂਦਾ ਮੇਨ ਮੋਟਿਵ ਆ ਜਿਹੜਾ ਇਹੀ ਆ ਸੰਗ ਦੇ ਮੇਲੇ ਦਾ ਹੀ ਹਾਂਜੀ ਹਾਂਜੀ ਸਰ ਠੀਕ ਹੈ ਤਾਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗੁਜ਼ਰੀਆਂ ਨੇ ਚੋਲਾ ਸਾਹਿਬ ਦੇ ਦਰਸ਼ਨਾਂ ਦੇ ਲਈ ਵੀ ਗਈਆਂ ਨੇ ਤਾਂ ਜਿਹੜੀਆਂ ਜੇ ਬੇੜੇ ਦੇ ਜ਼ਰੀਏ ਪਾਰ ਕਰਨਾ ਹੋਵੇ ਤਾਂ ਸਮਾਂ ਲੱਗੂਗਾ ਇਹ ਸਰਕਾਰ ਦੇ ਵੱਲੋਂ ਜੋ ਸਹੂਲਤ ਦਿੱਤੀ ਜਾਂਦੀ ਸੰਗਤਾਂ ਨੂੰ ਤਾਂ ਕਿਵੇਂ ਦੇਖਦੇ ਇਹਨੂੰ ਸਰ ਇਹ ਤਾਂ ਸਾਡੀ ਗੁਰਦੁਆਰਾ ਸਾਹਿਬ ਦੇ ਬੇੜੇ ਨੇ ਦੋ ਇਹ ਅਸੀਂ ਸਰ ਗੁਰਦੁਆਰਾ ਸਾਹਿਬ ਜੋ ਵੀ ਚੜਾਵਾ ਹੁੰਦਾ ਅਸੀਂ ਗੁਰਦੁਆਰਾ ਸਾਹਿਬ ਨੂੰ ਦਿੰਦੇ ਹਾਂ ਹਾਂਜੀ ਤਾਂ ਕਿੰਨੇ ਕੁ ਲੋਕ ਆ ਜਿਹੜੇ ਇੱਥੋਂ ਪਾਰ ਆ ਜਿਹੜੇ ਕਰ ਜਾਂਦੇ ਨੇ ਇਸ ਬੇੜੇ ਦੇ ਜ਼ਰੀਏ ਬਹੁਤ ਸਰ ਝੂਟੇ ਲੈਣ ਵਾਲੇ ਕੋਈ ਸਰਦਾ ਆਸਾਂ ਮੁਰਾਦਾਂ ਜਿਨ੍ਹਾਂ ਦੀਆਂ ਪੂਰੀਆਂ ਹੁੰਦੀਆਂ ਉਹ ਬਾਬਾ ਸਾਹਿਬ ਦੇ ਬੇੜਾ ਸਾਹਿਬ 'ਚ ਹੀ ਅਰਦਾਸਾਂ ਬੇਨਤੀਆਂ ਕਰਦੇ ਆ ਜੀ ਹਾਂਜੀ ਤਾਂ ਕਿ ਤੁਹਾਡੀ ਆਮਦਨ ਆ ਜਿਹੜੀ ਕਿੰਨੀ ਕੁ ਹੋ ਜਾਂਦੀ ਆ ਕਿੰਨਾ ਕੁ ਜਿਹੜਾ ਹੋ ਜਾਂਦਾ ਕਿਵੇਂ ਗੁਜ਼ਾਰਾ ਜਿਹੜਾ ਚੱਲਦਾ ਸਰ ਸਾਡੀ ਤਾਂ ਅਰਦਾਸ ਬੇਨਤੀਆਂ ਹੀ ਹੁੰਦੀਆਂ ਅਤੇ ਗੁਰਦੁਆਰਾ ਸਾਹਿਬ ਆਤੇ ਅਸੀਂ ਕੰਮ ਕਰਦੇ ਹਾਂ ਅਤੇ ਗੁਰਦੁਆਰਾ ਸਾਹਿਬ ਕਰਦੇ ਰਹਾਂਗੇ ਕਿੰਨੇ ਬੇੜੇ ਆ ਜਿਹੜੇ ਗੁਰਦੁਆਰਾ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਦੇ ਦੋ ਬੇੜੇ ਨੇ ਇੱਕ ਸਰ ਵੱਡਾ ਇੱਕ ਐਰਕੀ ਨਵਾਂ ਤਿਆਰ ਕੀਤਾ ਆ ਤਾਂ ਕਿੰਨੇ ਸੇਵਾਦਾਰ ਆ ਜਿਹੜੇ ਤੁਸੀਂ ਬੇੜੇ ਦੇ ਵਿੱਚ ਜਿਹੜੇ ਸੰਗਤ ਦੀ ਸੇਵਾ ਦੇ ਲਈ ਲੱਗੇ ਅਸੀਂ 16-17 ਸੇਵਾਦਾਰ ਹੁੰਦੇ ਹਾਂ ਜੀ ਬੇੜੇ 'ਤੇ ਕੋਈ ਅਰਦਾਸ ਕਰਾਉਣ ਵਾਲਾ ਕੋਈ ਜਿਨ੍ਹਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਉਹਨਾਂ ਲਈ ਅਸੀਂ ਇਹ ਸੇਵਾ ਕਰਦੇ ਹਾਂ ਤਾਂ ਬੇੜਾ ਜਦ ਪਾਇਆ ਜਾਂਦਾ ਕੋਈ ਪਾਣੀ ਦਾ ਵੀ ਦੇਖਿਆ ਜਾਂਦਾ ਉਤਰਾਅ ਚੜਾਅ ਹਾਂਜੀ ਸਰ ਸੌਣ ਭੱਦ ਅਨੁਸਾਰ ਅਸੀਂ ਇਹ ਪੁਲ ਵੀ ਚੁੱਕਦੇ ਹਾਂ ਸਰ ਪਾਣੀ ਦਾ ਕੱਲ੍ਹ ਤਾਂ ਬਹੁਤ ਚੜਾਅ ਸੀ ਅੱਜ ਕੰਮ ਹੋ ਗਿਆ ਥੋੜ੍ਹਾ ਜਿਹਾ ਅਤੇ ਕਮ ਸੇ ਕਮ 80 ਕੁ ਫੁੱਟ ਪਾਣੀ ਹੈਗਾ ਇੱਥੇ ਲਾਸਟ ਸਵਾਲ ਕੀ ਕਹਿਣਾ ਚਾਹੋਗੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇਸ ਦਰਿਆ ਤੋਂ ਪਾਰ ਹੋਈਆਂ ਨੇ ਕੀ ਕਹਿਣਾ ਚਾਹੋਗੇ ਸੰਗਤ ਸਰ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਦਿੰਦੇ ਉਹਨਾਂ ਦਾ ਸੰਗਤਾਂ ਦਾ ਕਿ ਜਿਹੜੀ ਸੰਗਤ ਇੱਥੋਂ ਦੀ ਭੇੜ ਪੱਤਨ ਦਾ ਦਰਿਆ ਪਾਰ ਕਰਦੀ ਆ ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਅਸੀਂ ਵੀ ਸੇਵਾਦਾਰ ਹਾਂ ਗੁਰਦੁਆਰੇ ਸਾਹਿਬ ਦੇ ਤਾਂ ਤੁਹਾਡੀ 7ਵੀਂ ਪੀੜ੍ਹੀ ਹੋ ਗਈ ਆ ਇੱਥੇ ਸੇਵਾ ਨਿਭਾਉਂਦਿਆਂ ਨੂੰ ਤਾਂ ਕੀ ਲੱਗਦਾ ਕਿ ਹੁਣ ਜਿਹੜੇ ਪੁਲ ਬਣਦੇ ਜਾ ਰਹੇ ਨੇ ਬਦਲਾਅ ਵੀ ਕਾਫੀ ਆਇਆ ਤਾਂ ਕਿਵੇਂ ਦੇਖਦੇ ਹੋ ਸਰ ਬਹੁਤ ਵਧੀਆ ਅਸੀਂ ਤਾਂ ਕਹਿੰਦੇ ਵੀ ਇੱਦਾਂ ਹੀ ਰਹੇ ਅਸੀਂ ਸੇਵਾ ਦਾ ਮੌਕਾ ਮਿਲੇ ਅਸੀਂ ਸੇਵਾ ਕਰਦੇ ਰਹੀਏ ਗੁਰਦੁਆਰਾ ਸਾਹਿਬ ਵੱਲ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਦੇ ਲਈ ਪਹੁੰਚ ਰਹੀਆਂ ਨੇ ਕੀ ਜਿਹੜਾ ਸੁਨੇਹਾ ਜਿਹੜਾ ਸੰਗਤਾਂ ਨੂੰ ਦੇਣਾ ਚਾਹੋਗੇ ਅਸੀਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਵਧੀਆ ਸੰਗਤ ਨਿਗਾ ਚੁੱਕੇ ਹਾਂ ਇਸ ਪਿੰਡ ਭੇੜ ਪੱਤਨ ਦੀ ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਮਹਾਰਾਜ ਸੱਚਾ ਪਾਤਸ਼ਾਹ ਚੋਲਾ ਸਾਹਿਬ ਵਾਲਿਆ ਇੱਦਾਂ ਹੀ ਨਿਗਾਉਂਦਾ ਰਹੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇੱਥੇ ਨੌਜਵਾਨ ਵੀਰ ਵੀ ਮੌਜੂਦ ਹੈ ਜਿਹੜੇ ਨਾਲ ਇਹਨਾਂ ਦੇ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰ ਲੈਂਦੇ ਹਾਂ ਵੀਰ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਲੱਗੇ ਹੋਏ ਹੋ ਨਾਲ ਕੀ ਲੱਗਦੇ ਨੇ ਤੁਹਾਡੇ ਜਿਹੜੇ ਮਲਾਹ ਦੀ ਸੇਵਾ ਜਿਹੜੀ ਨਿਭਾ ਰਹੇ ਨੇ ਇਹ ਮੇਰੇ ਡੈਡੀ ਲੱਗਦੇ ਜੀ ਅਤੇ ਡੈਡੀ ਦੇ ਨਾਲ ਤੁਸੀਂ ਵੀ ਅੱਜ ਸੇਵਾ ਨਿਭਾ ਰਹੇ ਨੌਜਵਾਨ ਦੇਖਿਆ ਕਿ ਨਵੀਂ ਨਵੀਂ ਤਕਨੀਕ ਦੇ ਨਾਲ ਜੁੜਦੇ ਜਾ ਰਹੇ ਹੋ ਲੇਕਿਨ ਤੁਸੀਂ ਅੱਜ ਵੀ ਬੇੜੇ ਦੇ ਨਾਲ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਬਸ ਕੁਝ ਨਹੀਂ ਵੈਸੇ ਹੀ ਵਧੀਆ ਲੱਗਦਾ ਵਾ ਆ ਜਾਈਦਾ ਵਾ ਮੈਂ ਕੱਲ੍ਹ ਦਾ ਆਇਆ ਸੇਵਾ ਕਰਨ ਵਾਸਤੇ ਡੈਡੀ ਉਹਨਾਂ ਦੇ ਨਾਲ ਕੱਲ੍ਹ ਵੀ ਸੀ ਅੱਜ ਵੀ ਆ ਗਿਆ ਜੀ
ਤਾਂ ਸੰਗਤਾਂ ਦੇ ਦਰਸ਼ਨ ਦੇ ਵੀ ਸੁਭਾਗਿਆ ਪ੍ਰਾਪਤ ਹੁੰਦਾ, ਨਾਲ ਦੀ ਨਾਲ ਜਿਹੜਾ ਅੱਜ ਇਹ ਸੇਵਾ ਵੀ ਜਿਹੜੀ ਨਿਭਾ ਰਹੇ ਹੋ। ਹਾਂਜੀ ਹਾਂਜੀ, ਜਿਹੜਾ ਜੋ ਵੀ ਸੇਵਾ ਇੱਥੇ ਬੇੜੇ ਦੀ ਹੁੰਦੀ ਹੈ, ਜੋ ਪੈਸਾ ਧੇਲਾ ਲੋਕ ਦੇ ਕੇ ਜਾਂਦੇ ਉਹ ਆਪਾਂ ਡੈਡੀ ਜੀ ਗੁਰਦੁਆਰੇ ਦੇ ਦਿੰਦੇ। ਠੀਕ ਹੈ ਹਾਂਜੀ। ਤਾਂ ਜਿਹੜਾ ਨੌਜਵਾਨ ਆ ਹੁਣ ਦੇਖਿਆ ਜਾ ਰਿਹਾ ਕਿ ਤਕਨੀਕ ਦੇ ਨਾਲ ਜੁੜਦੇ ਜਾ ਰਹੇ ਨੇ, ਪੁਲ ਵੀ ਬਹੁਤ ਜ਼ਿਆਦਾ ਬਣ ਗਏ ਨੇ, ਤਾਂ ਕੀ ਹੁਣ ਜਿਹੜੀਆਂ ਸਫ਼ਰ ਕਰਦੇ ਨੇ ਲੋਕ ਇੱਥੇ ਬੇੜੇ ਦੇ ਵਿੱਚ? ਹਾਂਜੀ ਹਾਂਜੀ, ਬਹੁਤ ਜ਼ਿਆਦਾ ਸਫ਼ਰ ਕਰਦੇ। ਤਾਂ ਇੱਥੇ ਇਲਾਕੇ ਦੇ ਲੋਕਾਂ ਨੂੰ ਦਿੱਕਤਾਂ ਵੀ ਆਉਂਦੀਆਂ ਹੋਣਗੀਆਂ ਪੁਲ 'ਤੇ, ਪੁਲ ਨੂੰ ਲੈ ਕੇ ਜਿਹੜੀਆਂ ਦਿੱਕਤ, ਕਈਆਂ ਨੂੰ ਦਿੱਕਤ ਆਉਂਦੀ ਵੀ ਹੈ ਜਿਨ੍ਹਾਂ ਦੀ ਪਹਿਲੀ ਪੁਲੀ ਦਰਿਆ ਉਹ ਸਾਈਡ ਹੈ, ਅਤੇ ਕਈਆਂ ਨੂੰ ਨਹੀਂ ਵੀ ਹੈ, ਕਈਆਂ ਨੂੰ ਬਹੁਤ ਵਧੀਆ ਵੀ ਲੱਗਦਾ ਬੇੜਿਆਂ 'ਚ, ਜ਼ਿਆਦਾ ਲੋਕ ਬੇੜਿਆਂ 'ਚ ਕਹਿ ਦਿੰਦੇ ਸਹੀ ਹੈ। ਅਤੇ ਪੁਲ ਦੇ ਉੱਤੇ ਮਤਲਬ ਇਹ ਸੁੱਖ ਹੋ ਜਾਂਦਾ ਟਰਾਲੀਆਂ ਟਰੂਲੀਆਂ ਲੰਘਣ ਦਾ, ਜਿਸ ਤਰ੍ਹਾਂ ਮੇਲ 'ਚ ਟਰਾਲੀਆਂ ਹੁੰਦੀਆਂ, ਜਦੋਂ ਉਹ ਲੰਘਣ ਦਾ ਸੁੱਖ ਹੋ ਜਾਂਦਾ। ਬਾਕੀ ਤਾਂ ਬਾਬਾ ਜੀ ਵੀ ਟਰਾਲੀ 'ਤੇ ਲੰਘਦੇ ਹੁਣ, ਕਿਉਂ ਬਜ਼ੁਰਗ ਹੋ ਗਏ ਹੁਣ, ਜ਼ਿਆਦਾ ਪੈਦਲ ਨਹੀਂ ਨਾ ਜਾਂਦੇ। ਕੀ ਮੈਸੇਜ ਹੈ ਜਿਹੜਾ ਨੌਜਵਾਨਾਂ ਨੂੰ ਜਿਹੜਾ ਦੇਣਾ ਚਾਹੋਗੇ? ਨੌਜਵਾਨ ਇਹੀ ਵੀ ਸੇਵਾ ਦੇ ਵਿੱਚ ਵਧੀਆ ਉਹ ਕਰਨਾ। ਆਹ ਜਿਹੜੀ ਲੋਚ ਮੰਡਲੀ ਆਣ ਕੇ ਇੱਥੇ ਗੰਦ ਪਾਉਂਦੀ ਆ, ਉਹ ਗੰਦ ਨਹੀਂ ਪਾਉਣਾ ਚਾਹੀਦਾ। ਆਪਣੀ ਸੇਵਾ ਕਰਨ ਆਏ ਹੋ, ਗੁਰੂ ਘਰ ਆਏ ਹੋ, ਅਤੇ ਵਧੀਆ ਰਹੋ, ਸੇਵਾ ਕਰੋ, ਹੈ, ਅਤੇ ਐਵੇਂ ਲੋਚ ਮੰਡਲੀ ਦੇ ਨਾਲ ਰੌਲਾ ਨਾ ਪਾਓ। ਬਸ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਜਿਵੇਂ ਕਿ ਇੱਥੇ ਜਿਹੜੇ ਬੇੜੇ ਦੇ ਮਲਾਹ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੱਸਿਆ ਕਿ ਜਿਹੜਾ 7 ਪੁਸ਼ਤਾਂ ਦੇ ਉੱਤੋਂ ਆ ਜਿਹੜਾ ਆਪਾਂ ਜਿਹੜਾ ਇਹ ਸੇਵਾ ਜਿਹੜੀ ਨਿਭਾ ਰਹੇ ਹਾਂ, 7ਵੀਂ ਜਿਹੜੀ ਪੀੜ੍ਹੀ ਹੈ ਜਿਹੜੀ ਉਹਨਾਂ ਦੀ ਮਲਾਹ ਦੀ ਸੇਵਾ ਜਿਹੜੀ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਵੱਲੋਂ ਜਿਹੜੇ 2 ਬੇੜੇ ਜਿਹੜੇ ਇੱਥੇ ਪਾਏ ਗਏ ਨੇ, ਸੰਗਤਾਂ ਜਿਹੜੀਆਂ ਇਸ ਬੇੜੇ ਦੇ ਵਿੱਚ ਸਵਾਰ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਮੰਨਤਾਂ ਵੀ ਜਿਹੜੀਆਂ ਸੰਗਤਾਂ ਦੇ ਵੱਲੋਂ ਮੰਨੀਆਂ ਜਾਂਦੀਆਂ, ਤਾਂ ਉਹ ਸੰਗਤਾਂ ਦੇ ਵੱਲੋਂ ਅਰਦਾਸਾਂ ਵੀ ਜਿਹੜੀਆਂ ਕੀਤੀਆਂ ਜਾਂਦੀਆਂ ਨੇ। ਤਾਂ ਇਸ ਔਰ ਜੋੜ ਸੰਗਤ ਦੇ ਮੇਲੇ ਨੂੰ ਲੈ ਕੇ ਜਿਹੜੀਆਂ ਟੈਂਪਰੇਰੀ ਪੁਲ ਵੀ ਤਿਆਰ ਕੀਤਾ ਗਿਆ। ਕੈਮਰਾ ਪਰਸਨ ਨੂੰ ਕਹਾਂਗਾ ਕੈਮਰਾ ਮੂਵ ਔਨ ਕੀਤਾ ਜਾਵੇ ਇੱਕ ਵਾਰੀ, ਕਿ ਟੈਂਪਰੇਰੀ ਪੁਲ ਆ ਜਿਹੜਾ ਸੰਗਤਾਂ ਦੇ ਲਈ, ਜਿਹੜੀ ਸੰਗਤਾਂ ਦੀ ਸਹੂਲਤ ਦੇ ਵਾਸਤੇ ਜਿਹੜਾ ਤਿਆਰ ਕੀਤਾ ਗਿਆ ਸੀ, ਕਿਉਂਕਿ ਸੰਗਤਾਂ ਇਸ ਦੇ ਉੱਤੋਂ ਜਿਹੜੀਆਂ ਗੁਜ਼ਰ ਸਕਣ। ਤਾਂ ਇੱਥੇ ਦਰਿਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਦਰਿਆ ਦੇ ਵਿੱਚ ਪਾਣੀ ਹੈ ਜਿਹੜਾ ਕਾਫੀ ਆ, ਤਾਂ ਉੱਧਰ ਬੇੜੇ ਦੀ ਸੇਵਾ ਵੀ ਲਗਾਤਾਰ ਆ ਜਿਹੜੀ ਨਿਭਾਈ ਜਾ ਰਹੀ ਆ। ਤਾਂ ਸਾਡੀ ਟੀਮ ਵੀ ਹੈ ਜਿਹੜੀ ਬੇੜੇ ਦੇ ਵਿੱਚ ਸਵਾਰ ਹੋ ਕੇ ਮਲਾਹ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਹੈ, ਤਾਂ 7ਵੀਂ ਪੀੜ੍ਹੀ ਜਿਹੜੀ ਉਹਨਾਂ ਦੀ ਇਹ ਸੇਵਾ ਜਿਹੜੀ ਨਿਭਾ ਰਹੀ ਆ। ਸੋ ਹੁਣ ਤੱਕ ਦੇ ਲਈ ਇੰਨਾ ਹੀ, ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ। ਆਪਣੇ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਮੈਂ ਜਤਿੰਦਰ ਸੋਢੀ, KRT ਨਿਊਜ਼, ਭੇਡ ਪੱਤਨ, ਗੁਰਦਾਸਪੁਰ।